ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੂੰਗਾ ਕਿ ਲੁਧਿਆਣਾ ਕਮਿਸ਼ਨਰੇਟ ਵੱਲੋਂ ਜਿਹੜੀ ਐਂਟੀ ਸੋਸ਼ਲ ਗੁੰਡਾ ਅਨਸਰ ਤੇ ਡਰੱਗ ਪੈਡਲਰ ਦੇ ਖਿਲਾਫ ਬੜੇ ਜ਼ਬਰਦਸਤ ਢੰਗ ਨਾਲ ਅਸੀਂ ਆਪਦੀ ਸਾਡੀਆਂ ਟੀਮਸ ਵੱਖ ਵੱਖ ਮਿਹਨਤ ਨਾਲ ਕੰਮ ਕਰ ਰਹੀਆਂ, ਉਸੇ ਕੜੀ ਦੇ ਵਿੱਚ ਸਾਨੂੰ ਇੱਕ ਰੋਮੀ ਨਾਂ ਦਾ ਲੜਕਾ ਅਮਨਦੀਪ ਉਰਫ ਰੋਮੀ ਫਸਟ ਜਦੋਂ ਉਹ ਫੜਿਆ ਸੀ ਤਾਂ ਉਹਦੇ ਵਿੱਚੋਂ 20 ਗ੍ਰਾਮ ਉਹਦੇ ਤੋਂ ਜਿਹੜੀ ਹੈ ਡਰੱਗ ਅਤੇ ਉਹਦੇ ਤੋਂ ਕਰਦਿਆਂ ਕਰਦਿਆਂ ਅਸੀਂ ਉਸ ਪੁੱਛਗਿੱਛ ਦੌਰਾਨ ਡਿਊਰਿੰਗ ਉਸ ਟਾਈਮ ਦੇ ਵਿੱਚ ਉਹਦੇ 'ਚੋਂ ਅਸੀਂ ਟੋਟਲ 4 ਵੈਪਨ ਅਤੇ 770,000 ਰੁਪਇਆ ਜਿਹੜੀ ਹੈ ਡਰੱਗ ਮਨੀ ਅਸੀਂ ਰਿਕਵਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਇਹਦਾ ਇਹਦੇ 'ਚ ਜਿਹੜੀ ਇੰਪੋਰਟੈਂਟ ਗੱਲ ਇਹ ਜਿਹੜੇ 4 ਵੈਪਨ ਮਿਲਣਾ, ਇਹ ਵੈਪਨ ਕਿਸੇ ਨਾ ਕਿਸੇ ਗਲਤ ਥਾਂ ਯੂਜ ਹੋਣੇ ਸੀ, ਉਹ ਵੈਪਨ ਮਿਲਣਾ ਇੰਪੋਰਟੈਂਟ ਗੱਲ ਹੈ। ਦੂਜੀ ਗੱਲ ਇਹਦੇ 'ਚ ਡਰੱਗ ਮਨੀ ਜਿਹੜੀ ਮਿਲੀ ਆ ਉਹ ਇੰਪੋਰਟੈਂਟ ਹੈ। ਤੀਸਰੀ ਸਭ ਤੋਂ ਇੰਪੋਰਟੈਂਟ ਗੱਲ ਹੈ, ਅਸੀਂ ਛੋਟੀ ਜਿਹੀ ਲੀਡ ਜਿਹੜੀ ਸਾਨੂੰ ਮਿਲੀ ਸੀ ਉਹ ਲੀਡ ਨੂੰ ਹਾਇਸਟ ਲੈਵਲ 'ਤੇ ਮੋਨੀਟਰ ਕਰਕੇ ਸਾਡੇ CIA ਇੰਸਪੈਕਟਰ ਬੇਅੰਤ ਅਤੇ ADCP ਜਿਹੜੇ ਵਨ ਹੈਗੇ ਆ ਰੁਪਿੰਦਰ ਸਰਾਂ ਅਤੇ ਵਰਿੰਦਰ ਬਰਾੜ ਜਿਹੜੇ ਹੈਗੇ ਆ ਉਹ ਆਪਣੇ DCP ਇਨਵੈਸਟੀਗੇਸ਼ਨ ਇਹਨਾਂ ਵੱਲੋਂ ਮੋਨੀਟਰ ਕਰਦੇ ਕਰਦਿਆਂ ਅਸੀਂ 4 ਵੈਪਨ 770,000 ਰੁਪਇਆ ਡਰੱਗ ਮਨੀ ਅਤੇ ਨਾਲ ਉਹਦੇ 'ਤੇ ਉਹਨੂੰ ਜਿਹੜੀ 100 ਗ੍ਰਾਮ ਦੇ ਕਰੀਬ ਜਿਹੜੀ ਹੀਰੋਇਨ ਅਸੀਂ ਰਿਕਵਰ ਕਰਨ 'ਚ ਕਾਮਯਾਬ ਹੋਏ ਹਾਂ। ਇਹਦੇ 'ਚ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਵਾਂਗੇ। ਰਿਮਾਂਡ ਲੈਣ ਤੋਂ ਬਾਅਦ ਇਹਦੇ 'ਚ ਅਸੀਂ ਇਹ ਚੈੱਕ ਕਰਾਂਗੇ ਕਿ ਇਹ ਵੈਪਨ ਜਿਹੜੇ ਆ ਇਹ ਕਿਤੇ ਪਹਿਲਾਂ ਯੂਜ਼ ਤਾਂ ਨਹੀਂ ਹੋਏ, ਇਹਨਾਂ ਤੋਂ ਹੋਰ ਪੁੱਛਗਿੱਛ ਕਰਾਂਗੇ ਕਿ ਕੋਈ ਹੋਰ ਵੈਪਨ ਆ ਜਿਹੜੇ ਕਿਤੇ ਲਿਆ ਕੇ ਇਹ ਕਿੱਥੋਂ ਲੈ ਕੇ ਆਏ ਅਤੇ ਦੂਜਾ ਲਿਆ ਕੇ ਕਿਸੇ ਹੋਰ ਪਾਸੇ ਤਾਂ ਨਹੀਂ ਜਿਹੜੇ ਪਏ ਵੇ ਜਿਹੜੇ ਰਿਕਵਰ ਕਰਨਾ ਬਾਕੀ ਹੋਵੇ। ਅਤੇ ਤੀਸਰੀ ਗੱਲ ਇਹ ਵੀ ਇਹ ਜਿਹੜੀ ਡਰੱਗ ਹੈ ਇਹ ਡਰੱਗ ਕਿੱਥੋਂ ਲੈ ਕੇ ਆ ਰਹੇ ਸੀ ਅਤੇ ਜਿਹੜਾ 770,000 ਰੁਪਇਆ ਜਿਹੜੀ ਡਰੱਗ ਮਨੀ ਹੈ ਉਹ ਕਿਹਨੂੰ ਕਿਹਨੂੰ ਵੇਚ ਕੇ ਜਿਹੜੀ ਸਾਡੀ ਯੂਥ ਨੂੰ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਲੱਗੇ ਹੋਏ ਆ ਉਹ ਵੀ ਅਸੀਂ ਇਹਨੂੰ ਸੀਰੀਅਸਲੀ ਲੈ ਕੇ ਅੱਗੇ ਕਾਰਵਾਈ ਕਰਾਂਗੇ। ਦੇਖੋ ਵੈਪਨ ਤਾਂ ਦੇਖੋ ਇਹ ਵੈਪਨ ਤੁਸੀਂ ਦੇਖੋ ਸਾਰੇ ਇੰਪੋਰਟੈਂਟ ਟਾਈਪ ਵੈਪਨ ਲੱਗਦੇ ਆ, ਇਹ ਕੋਈ ਵੀ ਵੈਪਨ ਇਹੋ ਜਿਹਾ ਨਹੀਂ ਲੱਗਦਾ ਜਿਹੜਾ ਵੀ ਨੋਰਮਲ ਟਾਈਪ ਵੈਪਨ ਲੱਗੇ, ਜਿਹੜੀ ਦੇਖੋ ਬੜੀ ਇੰਪੋਰਟੈਂਟ ਇਹਦੇ 'ਚ ਗੱਲ ਹੈ। ਅਤੇ ਇਹ ਵੈਪਨ ਜੇ ਲੈ ਕੇ ਆਉਣਾ ਗਲਤ ਕੰਮ ਲਈ, ਗੁੰਡਾਗਰਦੀ ਲਈ ਅਤੇ ਜਾਂ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣ ਲਈ ਲਏ ਜਾਂਦੇ ਆ। ਅਤੇ ਇਹ ਹੁਣ ਅਸੀਂ ਜਿਵੇਂ ਛੋਟੀ ਜਿਹੀ ਰਿਕਵਰੀ ਤੋਂ 4 ਵੈਪਨ ਰਿਕਵਰ ਕਰਨ 'ਚ ਆਏ ਹਾਂ ਅਤੇ ਮੈਨੂੰ ਲੱਗਦਾ ਵੀ ਕਿਸ ਕੰਮ ਲਈ ਸੀ ਲੈ ਕੇ ਆਉਣੇ ਅਤੇ ਕੀ ਕਰਨਾ ਸੀ ਉਹ ਵੀ ਅਸੀਂ ਲੱਭਣ 'ਚ ਕਾਮਯਾਬ ਹੋਵਾਂਗੇ। ਹਾਂਜੀ ਇਹਦਾ ਰੋਮੀ ਦੇ ਨਾ ਜੀ 4 FTA ਵੱਲੋਂ ਵੀ ਇਹਨੂੰ ਡਰੱਗ ਦੇ ਨਾਲ ਫੜਿਆ ਗਿਆ ਪਹਿਲਾਂ, ਅਤੇ ਇਸ ਤੋਂ ਇਲਾਵਾ ਇਹਦੇ 4 ਜਿਹੜੇ ਇਹਦੇ 'ਤੇ ਪਰਚੇ ਦਰਜ ਹੈ, ਐਕਸਾਈਜ਼ ਦਾ ਹੈਗਾ, ਅਟੈਂਪਟ ਟੂ ਮਰਡਰ ਦਾ ਹੈਗਾ ਅਤੇ ਇੱਕ ਉਹਦੇ 'ਚ ਉਹਨੂੰ ਇੱਕ ਹੀਰੋਇਨ ਰਿਕਵਰ ਹੋਈ ਵੀ ਹੈ, 2 ਐਕਸਾਈਜ਼ ਦੇ ਇਹਦੇ 'ਤੇ ਪਰਚੇ ਦਰਜ। ਹਾਂਜੀ ਨਹੀਂ ਹਜੇ ਦੇਖੋ ਇਹਦੇ 'ਚ ਊਂ ਦੇਖਣ ਨੂੰ ਤਾਂ ਕੋਈ ਐਡਿਕਟਡ ਨਹੀਂ ਲੱਗਦੇ, ਬਟ ਉਹਨੂੰ ਉਹ ਤਾਂ ਮੈਡੀਕਲ ਟੈਸਟ ਤੋਂ ਵਿੱਚੋਂ ਜਦੋਂ ਇਹਨੂੰ ਜੇਲ੍ਹ ਦੇ ਵਿੱਚ ਭੇਜਾਂਗੇ ਤਾਂ ਉਹਦੇ 'ਚ ਐਗਜੈਕਟ ਜਿਹੜੀ ਆ ਮੈਡੀਕਲ ਰਿਪੋਰਟ ਤੋਂ ਇਹਦਾ ਪਤਾ ਲੱਗੂਗਾ। ਥੈਂਕ ਯੂ। ਹਾਂਜੀ ਦੇਖੋ ਹਜੇ ਤੱਕ 2, ਇੱਕ ਰੋਮੀ ਦਾ ਲਿੰਕ ਜਿਹੜਾ ਬੰਦਾ ਸੀ ਜਿਹਦੇ ਤੋਂ ਅਸੀਂ ਵੈਪਨ ਕੀਤਾ, 3 ਵੈਪਨ ਆ ਜਿਹੜੇ ਰੋਮੀ ਤੋਂ ਰਿਕਵਰ ਹੋਏ ਆ। ਅੱਗੇ ਇਹਦੇ 'ਚ ਕੌਣ ਇਹਨਾਂ ਦੇ ਨਾਲ ਸੀ, ਕਿੰਨੇ ਬੰਦੇ ਇਹਦੇ ਸਾਥੀ ਹੈ, ਇਹਨਾਂ ਨੇ ਕਿੱਥੇ ਕੋਈ ਕ੍ਰਾਈਮ ਕੀਤਾ ਜਾਂ ਨਹੀਂ ਕੀਤਾ, ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ। ਜਿਵੇਂ ਜਿਵੇਂ ਸਾਡੇ ਕੋਲ ਆਊਗਾ ਵੀ ਵਿਲ ਸ਼ੇਅਰ।